ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ। ਬਹੁਤ ਹੀ ਮਹੱਤਵਪੂਰਨ ਪ੍ਰੋਗਰਾਮ ਹੈ। ਸਾਡੇ ਨਾਲ ਮੌਜੂਦ ਨੇ ਨੈਵੀਗੇਟਰਸ ਓਵਰਸੀਜ਼ ਸੋਲਿਊਸ਼ਨਸ ਪ੍ਰਾਈਵੇਟ ਲਿਮਿਟਡ ਤੋਂ ਮੈਡਮ ਵੀਨਾ ਗੋਇਲ, ਜਿਹੜੇ ਕਿ 26-27 ਸਾਲ ਦਾ ਐਕਸਪੀਰੀਅੰਸ ਰੱਖਦੇ ਨੇ ਵਿਦਿਆਰਥੀਆਂ ਨੂੰ ਗਾਈਡ ਕਰਨ ਦੇ ਲਈ। ਔਰ ਅੱਜ ਬੜਾ ਇੰਪੋਰਟੈਂਟ ਵਿਸ਼ਾ, ਇੰਡੀਆ ਦੇ ਸਟੂਡੈਂਟਸ ਦੇ ਲਈ ਖਾਸ ਮੌਕਾ ਹੈ, ਜਿਹੜੇ ਆਸਟ੍ਰੇਲੀਆ ਪੜ੍ਹਨਾ ਚਾਹੁੰਦੇ ਨੇ, ਖਾਸ ਤੌਰ 'ਤੇ 23 ਪਾਸ ਆਊਟ ਵਿਦਿਆਰਥੀ, ਭਾਵੇਂ ਉਹ ਆਰਟਸ ਨਾਲ ਸੰਬੰਧਿਤ ਹੀ ਕਿਉਂ ਨਾ ਹੋਣ। ਉਹਨਾਂ ਕੋਲ ਮੌਕਾ ਹੈ ਕਿ ਉਹ ਆਸਟ੍ਰੇਲੀਆ ਦੀਆਂ ਯੂਨੀਵਰਸਿਟੀਜ਼ ਦੇ ਵਿੱਚ ਦਾਖਲਾ ਲੈ ਸਕਦੇ ਨੇ ਅਤੇ ਪਾਥਵੇ ਕੋਰਸ ਦੇ ਜ਼ਰੀਏ ਕੁਝ ਮਹੀਨੇ ਉਹਨਾਂ ਨੂੰ ਇੰਡੀਆ ਦੇ ਵਿੱਚ ਹੀ ਪੜ੍ਹਨਾ ਪਏਗਾ। ਸੋ ਕੁਝ ਮਹੀਨੇ ਉਹ ਇੰਡੀਆ 'ਚ ਪੜ੍ਹ ਸਕਦੇ ਨੇ, ਇਸ ਦਰਮਿਆਨ ਉਹਨਾਂ ਦਾ GT ਦਾ ਪ੍ਰੋਸੈਸ ਅੱਗੇ ਵਧੇਗਾ ਔਰ ਇਹਦੇ ਨਾਲ ਉਹ ਉਸ ਤੋਂ ਬਾਅਦ ਆਸਟ੍ਰੇਲੀਆ ਦੀ ਉਸੇ ਯੂਨੀਵਰਸਿਟੀ ਦੇ ਵਿੱਚ ਪੜ੍ਹਨ ਦੇ ਲਈ ਆਸਟ੍ਰੇਲੀਆ ਜਾ ਸਕਦੇ ਨੇ। ਔਰ ਇਸ ਪ੍ਰੋਗਰਾਮ ਦੇ ਵਿੱਚ ਦਾਖਲੇ ਦੇ ਲਈ 11 ਮਾਰਚ ਦੀ ਡੈਡਲਾਈਨ ਹੈ। ਸੋ ਬਹੁਤ ਘੱਟ ਦਿਨ ਰਹਿ ਗਏ ਨੇ। ਕੀ ਬੈਨੀਫਿਟ ਨੇ ਇਸ ਪਾਥਵੇ ਪ੍ਰੋਗਰਾਮ ਦੇ, ਰਿਕੁਆਇਰਮੈਂਟਸ ਕੀ ਨੇ, ਐਲੀਜੀਬਿਲਿਟੀ ਕੀ ਹੈ, ਕਿੰਨਾ ਕੁ ਖਰਚਾ ਆਉਂਦਾ, ਕਿਉਂਕਿ ਇਹ ਵੀ ਪਤਾ ਲੱਗਿਆ ਕਿ ਇਹਦੇ ਨਾਲ ਫੀਸ ਹੈ ਜਿਹੜੀ ਉਹ ਕਾਫੀ ਜ਼ਿਆਦਾ ਘੱਟ ਹੈ ਆਸਟ੍ਰੇਲੀਆ ਦੇ ਮੁਕਾਬਲੇ। ਇਹ ਸਾਰੀਆਂ ਗੱਲਾਂ ਸਾਡੇ ਨਾਲ ਸਾਂਝੀਆਂ ਕਰਨਗੇ ਮੈਡਮ ਵੀਨਾ ਗੋਇਲ। ਔਰ ਵਿਦਿਆਰਥੀ ਕਿੰਨਾ ਸਕਸੈਸ ਰੇਟ ਹਾਸਲ ਕਰਨਗੇ, ਇਹ ਸਾਰੀਆਂ ਗੱਲਾਂ ਸਾਡੇ ਨਾਲ ਸਾਂਝੀਆਂ ਕਰਨਗੇ। ਬਹੁਤ ਬਹੁਤ ਸਵਾਗਤ ਹੈ ਜੀ, ਬਹੁਤ ਬਹੁਤ ਸਵਾਗਤ ਹੈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਵੀਨਾ ਮੈਮ। ਮੈਂ ਚਾਹੂੰਗਾ ਕਿ ਪੂਰਾ A to Z ਇਹ ਪੂਰਾ ਪ੍ਰੋਸੈਸ ਹੈ, ਤੁਸੀਂ ਐਕਸਪਲੇਨ ਕਰੋ ਤਾਂ ਕਿ ਸਾਡੇ ਵਿਦਿਆਰਥੀਆਂ ਨੂੰ ਮਦਦ ਮਿਲ ਸਕੇ ਇਸ ਪ੍ਰੋਗਰਾਮ ਨੂੰ ਸਮਝਣ ਦੀ। ਹਰ ਸਟੂਡੈਂਟ ਇਸ ਟਾਈਮ ਆਸਟ੍ਰੇਲੀਆ ਜਾਣ ਦਾ ਚਾਹਵਾਨ। ਪਹਿਲੇ ਨੰਬਰ 1 ਕੰਟਰੀ ਆਉਂਦੀ ਸੀ ਕੈਨੇਡਾ, ਟੋਪ ਆਫ ਦਾ ਵਰਲਡ, ਜਿਹੜੀ ਪੰਜਾਬ ਵਾਸਤੇ, ਕਿਉਂਕਿ ਵੈਸੇ ਤਾਂ ਜੇ ਦੇਖਿਆ ਜਾਏ ਓਵਰਆਲ USA ਰਹਿੰਦੀ ਹੈ, ਬਟ ਪੰਜਾਬ ਵਾਸਤੇ ਕੈਨੇਡਾ ਰਹਿੰਦੀ ਸੀ। ਬਟ ਇਸ ਟਾਈਮ ਓਵਰਆਲ ਹੀ ਆਸਟ੍ਰੇਲੀਆ ਟੋਪ ਆਫ ਚੋਇਸ ਹੋ ਰਹੀ ਹੈ ਨੌਰਥ ਵਾਸਤੇ। ਪ੍ਰੋਬਲਮ ਇਹ ਹੈ ਕਿ ਜਦ ਜੋ ਇਹਨਾਂ ਨੇ ਵੀਜ਼ਾ ਦੇਣਾ, ਉਸ ਤੋਂ ਬਹੁਤ ਜ਼ਿਆਦਾ ਬੱਚੇ ਅਪਲਾਈ ਕਰ ਰਹੇ ਹੈ, ਅਤੇ ਇਹਨਾਂ ਦਾ ਆਪਦਾ ਕੋਈ ਕੰਟਰੋਲ ਨਹੀਂ ਰਹਿ ਰਿਹਾ ਸੀਗਾ। ਇਸ ਕਾਰਨ ਇਹਨਾਂ ਨੇ ਥੋੜ੍ਹਾ ਜਿਹਾ ਉਹਨੂੰ ਕਾਫੀ ਸਟ੍ਰੀਮਲਾਈਨ ਕੀਤਾ, ਵੀਜ਼ੇ ਵੀ ਕੱਟ ਕੀਤੇ ਆ। ਹੁਣ ਜੇ 35% ਵੀਜ਼ਾ ਰਿਡਿਊਸ ਕੀਤਾ, ਹੁਣ ਜਿਹੜੇ ਬੱਚੇ ਹੈ 23 ਪਾਸ ਆਊਟ ਹੈ, ਉਹਨਾਂ ਦੀ ਜਾਂ GT ਕਲੀਅਰ ਨਹੀਂ ਹੋ ਰਹੀ ਜਾਂ ਫੰਡਸ ਨਹੀਂ ਹਜੇ ਮੈਨੇਜ ਕਰ ਸਕੇ ਸੀ, ਆਈਲਟਸ ਨਹੀਂ ਕਰ ਸਕੇ ਸੀ, ਕੋਈ ਨਾ ਕੋਈ ਵਜ੍ਹਾ ਨਾਲ ਉਹਨਾਂ ਦੀ ਰੁਕਾਵਟ ਬਣੀ ਹੈ, ਅਤੇ ਉਹਨਾਂ ਦੇ ਵਾਸਤੇ ਜਾਣ ਦਾ ਹੋਰ ਕੋਈ ਤਰੀਕਾ ਨਹੀਂ, ਖਾਲੀ ਇੱਕੋ ਹੀ ਤਰੀਕਾ ਜਿਹੜਾ ਕਿ ਪਾਥਵੇ ਪ੍ਰੋਗਰਾਮ ਅਸੀਂ ਜਾਂ ਤਾਂ ਅਬਰੋਡ ਤੋਂ ਲੈ ਸਕਦੇ ਹਾਂ 1 ਈਅਰ ਪੜ੍ਹ ਕੇ, ਜਾਂ ਇੰਡੀਆ ਦੇ ਵਿੱਚ ਜਿਹੜਾ 11 ਮਾਰਚ ਨੂੰ ਹੁਣ ਸ਼ੁਰੂ ਹੋ ਰਿਹਾ, 11 ਮਾਰਚ 2024। ਟਾਈਮ ਬਹੁਤ ਘੱਟ ਰਹਿ ਗਿਆ ਤੁਹਾਡੇ ਕੋਲ ਐਡਮਿਸ਼ਨ ਵਾਸਤੇ। ਉਹਦੇ ਵਿੱਚ ਜਿਹੜੀ ਹੈ ਤੁਸੀਂ ਜਾਂ ਆਰਟਸ ਤੋਂ ਕੀਤੀ ਹੈ, ਕੋਈ ਮਰਜ਼ੀ ਕੀਤੀ ਹੈ, ਕਿਉਂਕਿ ਯੂਨੀਵਰਸਿਟੀਆਂ ਆਰਟਸ ਵਾਲੇ ਬੱਚੇ ਵੀ ਨਹੀਂ ਲੈ ਰਹੀਆਂ ਔਰ ਵੀਜ਼ਾ ਵੀ ਘੱਟ ਆ ਰਿਹਾ, ਤਾਂ ਤੁਸੀਂ ਪਾਥਵੇ ਪ੍ਰੋਗਰਾਮ ਜੇ ਲੈ ਲੈਂਦੇ ਹੋ ਤਾਂ ਤੁਹਾਡੇ ਵਾਸਤੇ ਬਹੁਤ ਈਜ਼ੀ ਹੈ, ਕਿਉਂਕਿ ਆਸਟ੍ਰੇਲੀਅਨ ਯੂਨੀਵਰਸਿਟੀ ਦੀ ਜਿਹੜੀ 1 ਈਅਰ ਦੀ ਪੜ੍ਹਾਈ ਹੈ ਉਹ ਤੁਸੀਂ 6 to 8 months ਇੰਡੀਆ 'ਚ ਕੰਪਲੀਟ ਕਰ ਰਹੇ ਹੋ, ਅੱਧੀ ਫੀਸ 'ਚ ਕੰਪਲੀਟ ਕਰ ਰਹੇ ਹੋ, ਜਿਹੜੀ ਫੀਸ ਉੱਥੇ ਪੇ ਕਰੋਗੇ ਉਸ ਤੋਂ ਅੱਧੀ ਫੀਸ। ਸੈਕਿੰਡ ਫਾਇਦਾ ਕੀ ਹੈ, ਜਿਹੜੀ ਫੀਸ ਤੁਸੀਂ ਇੱਥੇ ਪੇ ਕਰ ਰਹੇ ਹੋ ਉਨੀ ਕੁ ਹੀ ਫੀਸ ਤੁਸੀਂ ਆਸਟ੍ਰੇਲੀਆ ਜਾ ਕੇ ਪੇ ਕਰ ਰਹੇ ਹੋ, ਇਹ ਨਹੀਂ ਕਿ ਉੱਥੇ ਪੂਰੀ ਫੀਸਾਂ ਪੇ ਕਰਨੀ ਹੈ, ਬਿਕੋਜ਼ ਯੂ ਆਰ ਐਕਸੈਪਟਿਡ ਫੋਰ ਦਾ ਸੇਮ ਪ੍ਰੋਗਰਾਮ, ਤੁਸੀਂ ਸੇਮ ਪ੍ਰੋਗਰਾਮ 'ਚ ਹੋ ਔਰ ਤੁਹਾਨੂੰ ਫੀਸ ਦੀ ਕਾਫੀ ਸਕੋਲਰਸ਼ਿਪ ਲੱਗ ਗਈ ਆ। ਠੀਕ ਹੈ, ਹੁਣ ਜਿਹੜਾ ਟਾਈਮ ਤੁਹਾਡੇ ਕੋਲ ਹੈ 6 ਮਹੀਨੇ, ਤੁਸੀਂ 2 ਸਮੈਸਟਰ ਕਰ ਰਹੇ ਹੋ 6 ਮਹੀਨੇ ਦੇ ਵਿੱਚ ਔਨਲਾਈਨ, ਉਹੀ ਟੀਚਰਸ ਜਿਹੜੇ ਉੱਥੇ ਦੀ ਯੂਨੀਵਰਸਿਟੀਆਂ ਦੇ ਹੈ, ਔਰ ਬਹੁਤ ਸਾਰੀ ਯੂਨੀਵਰਸਿਟੀਆਂ ਇਸ ਪ੍ਰੋਗਰਾਮ ਦੇ ਵਿੱਚ ਜਿਹੜੀ ਪਾਰਟੀਸਪੇਟਿੰਗ ਹੈ, ਉਹੀ ਪ੍ਰੋਫੈਸਰਸ ਉਹੀ ਟੀਚਰ ਤੁਹਾਨੂੰ ਪੜ੍ਹਾ ਰਹੇ ਹੈ। ਤੁਸੀਂ ਜਦ ਮਰਜ਼ੀ ਉਹਨਾਂ ਨੂੰ ਮਤਲਬ ਔਨਲਾਈਨ ਲੈ ਸਕਦੇ ਹੋ ਔਰ ਉਹਨਾਂ ਤੋਂ ਗੱਲਬਾਤ ਕਰ ਸਕਦੇ ਹੋ ਕਿ ਜਿਹੜਾ ਸਿਸਟਮ 'ਚ ਤੁਸੀਂ ਉੱਥੇ ਪੜ੍ਹਨਾ ਸੀ ਉਹਦੇ ਤੁਸੀਂ ਇੱਥੇ ਫੈਮੀਲੀਅਰ ਹੋ ਗਏ।
ਜਦ ਤੱਕ ਤੁਸੀਂ ਪੜ੍ਹ ਰਹੇ ਹੋ, ਕਿਉਂਕਿ ਇਹਨਾਂ ਦੀ ਜਿਹੜੀ ਪੜ੍ਹਾਈ ਹਫ਼ਤੇ 'ਚ 16 ਕੁ ਘੰਟੇ ਇੰਨੀ ਕੀ ਹੁੰਦੀ ਹੈ, ਕੋਈ ਬੜਾ ਪ੍ਰੈਸ਼ਰ ਨਹੀਂ ਹੁੰਦਾ ਹੈ, ਅਤੇ ਤੁਹਾਡੇ ਕੋਲ ਟਾਈਮ ਹੈ ਆਇਲਟਸ ਕਰਨ ਦਾ ਵੀ, ਤੁਸੀਂ ਆਇਲਟਸ ਅੱਛੇ ਬੈਂਡ ਨਾਲ ਕਰ ਸਕਦੇ ਹੋ, ਰੀਜ਼ਨ ਬਿੰਗ ਤੁਹਾਨੂੰ ਟਾਈਮ ਮਿਲ ਗਿਆ, ਤੁਹਾਡਾ ਗੈਪ ਨਹੀਂ ਪੈ ਰਿਹਾ, ਜਿਹੜਾ ਪਹਿਲੇ ਗੈਪ ਪੈਣਾ ਸੀਗਾ ਹੁਣ ਕੋਈ ਗੈਪ ਨਹੀਂ ਹੈ, ਬਿਕੋਜ਼ ਯੂ ਆਲਰੇਡੀ ਟੁੱਕ ਦਾ ਐਡਮਿਸ਼ਨ ਇਨ ਦਾ ਆਸਟ੍ਰੇਲੀਅਨ ਯੂਨੀਵਰਸਿਟੀ, ਅਤੇ ਤੁਸੀਂ ਉਹਨਾਂ ਦੇ 2 ਸਮੈਸਟਰ ਕਰ ਰਹੇ ਹੋ, ਤੁਹਾਡਾ ਕੋਈ ਗੈਪ ਨਹੀਂ ਹੈ, ਹੁਣ ਤੁਸੀਂ ਆਇਲਟਸ ਵੀ ਕਰ ਰਹੇ ਹੋ, ਔਰ ਤੁਹਾਡੇ ਪੇਰੈਂਟਸ ਜਿਹੜੇ ਫਾਈਨੈਂਸ਼ੀਅਲ ਡਾਕੂਮੈਂਟਸ, ਜਿਹੜਾ ਵੀ ਲੋਨ ਕਰਾਉਣਾ ਜਾਂ ਆਪ ਦਿਖਾਉਣੇ ਆ, ਓਲਡ ਕਰਨੇ ਆ, ਉਹ ਸਾਰਾ ਕਰ ਸਕਦੇ ਆ। ਹੁਣ ਅੰਬੈਸੀ ਦੇ ਵਾਸਤੇ ਜਿਹੜਾ, ਕਿਉਂਕਿ ਤੁਸੀਂ ਸੇਮ ਯੂਨੀਵਰਸਿਟੀ ਦੇ 2 ਸਮੈਸਟਰ ਇੱਥੇ ਕਰ ਲਏ ਹੈ, ਤਾਂ ਵੀਜ਼ਾ ਤੁਹਾਡਾ 100% ਜਿਹੜਾ, ਮਤਲਬ ਆਲਮੋਸਟ ਵੀਜ਼ਾ ਆ ਹੀ ਜਾਂਦਾ। 1% ਆਪਾਂ ਮੰਨ ਕੇ ਚੱਲਦੇ ਹਾਂ ਨਹੀਂ ਆ ਰਿਹਾ, ਤਾਂ ਤੁਹਾਡੀ ਫੀ ਰਿਫੰਡ 1 ਈਅਰ ਜਿਨ੍ਹਾਂ ਨੇ, ਮਤਲਬ 1 ਈਅਰ ਦੀ ਪੜ੍ਹਾਈ 6 ਮਹੀਨੇ 'ਚ ਕਰਾਈ, ਤਾਂ ਤੁਸੀਂ ਇਹ ਸੋਚੋ ਉਹਨਾਂ ਦਾ ਕਿੰਨਾ ਲਾਸ ਹੈ ਜਾਂ ਤੁਹਾਨੂੰ ਫੀ ਰਿਫੰਡ ਕਰ ਰਹੇ ਹੈ। ਦੈਟ ਮੀਨਸ ਕਿ ਤੁਹਾਡਾ ਵੀਜ਼ਾ ਲੱਗਣਾ, ਤਾਂ ਹੀ ਉਹ ਤੁਹਾਨੂੰ ਫੀ ਰਿਫੰਡ ਦੀ ਤੁਹਾਡੀ ਸ਼ੋਰਟੀ ਵਾਸਤੇ ਗਾਰੰਟੀ ਦੇ ਰਿਹਾ ਕਿ ਤੁਹਾਡਾ ਤਾਂ ਵੀਜ਼ਾ ਲੱਗ ਜਾਣਾ। ਵੀਜ਼ਾ ਲੱਗ ਗਿਆ ਤਾਂ ਨੈਚੁਰਲ ਹੈ ਕਿ ਤੁਹਾਡੀ 1 ਸਾਲ ਦੀ ਫੀਸ ਤੁਹਾਡੀ ਯੂਜ਼ ਹੋ ਗਈ ਹੈ ਤੁਹਾਡੇ ਵਿੱਚ, ਅਤੇ ਇਟਸ ਅ ਬਿਗ ਓਪਰਚੁਨਿਟੀ, ਗੁੱਡ ਓਪਰਚੁਨਿਟੀ। ਅੱਜ ਤੱਕ ਮੈਂ ਇੱਦਾਂ ਦਾ ਕੋਈ ਪਾਥਵੇ ਪ੍ਰੋਗਰਾਮ ਨਹੀਂ ਦੇਖਿਆ। ਵੈਰੀ ਬਿਊਟੀਫੁਲ ਓਪਰਚੁਨਿਟੀ ਫੋਰ ਯੂ। ਮੈਂ ਦੱਸਿਆ ਕਿ 11th March ਡੈਡਲਾਈਨ ਹੈ ਜਦ ਤੱਕ ਐਡਮਿਸ਼ਨ ਲੈ ਕੇ। ਸਪੋਜ਼ ਬੱਚਾ ਕਿਹੜੀ ਸਟਰੀਮ ਦਾ ਆ ਰਿਹਾ ਸਾਡੇ, ਉਸ ਸਟਰੀਮ ਦੇ ਹਿਸਾਬ ਨਾਲ ਉਸ ਯੂਨੀਵਰਸਿਟੀ ਨਾਲ ਮੈਚ ਕਰਨਾ ਪੈਂਦਾ, ਉਹਨਾਂ ਦੀ ਫਿਰ ਐਡਮਿਸ਼ਨ ਹੁੰਦੀ। 11th March ਤੋਂ ਕਲਾਸਿਸ ਸ਼ੁਰੂ ਹੋਣੀ ਹੈ, ਉਸ ਤੋਂ ਪਹਿਲੇ ਐਡਮਿਸ਼ਨ ਹੋਣਾ। ਐਡਮਿਸ਼ਨ ਆਲਸੋ ਟੇਕ ਸਮ ਟਾਈਮ, ਔਰ ਐਡਮਿਸ਼ਨ ਹੋਣ ਦੇ ਬਾਅਦ ਤੁਹਾਡੇ ਫਿਰ ਕਲਾਸਿਸ ਦਾ ਟਾਈਮ ਸ਼ਡਿਊਲ ਆਉਂਦਾ, ਉਸ ਟਾਈਮ ਸ਼ਡਿਊਲ 'ਚ ਤੁਸੀਂ ਕਲਾਸਿਸ ਸਟਾਰਟ ਕਰਨੀ ਆ। ਫਿਰ ਤੁਹਾਡੇ ਪੇਰੈਂਟਸ ਦੀ ਕਾਊਂਸਲਿੰਗ ਹੁੰਦੀ ਹੈ GT ਦੇ ਪੇਪਰਸ ਦੇ ਵਾਸਤੇ, ਕਿ ਜਦ ਤੱਕ ਤੁਹਾਡੀ ਪੜ੍ਹਾਈ ਚੱਲ ਰਹੀ ਹੈ ਤੁਸੀਂ ਆਪਣੇ GT ਦੇ ਡਾਕੂਮੈਂਟਸ ਤਿਆਰ ਕਰ ਸਕੋ, ਜਿਹਦੇ ਵਿੱਚ ਵੀਜ਼ਾ ਦੇ ਵਾਸਤੇ ਤੁਹਾਡਾ ਕੋਈ ਹਰਡਲ, ਕੋਈ ਓਬਸਟੈਕਲ, ਕੋਈ ਵੀ ਕਿਸੇ ਕਿਸਮ ਦੀ ਰੁਕਾਵਟ ਨਾ ਆਏ ਵੀਜ਼ਾ ਦੇ ਵਾਸਤੇ। ਸੋ ਬਹੁਤ ਬਹੁਤ ਧੰਨਵਾਦ, ਬਹੁਤ ਹੀ ਮਹੱਤਵਪੂਰਨ ਇਨਫੋਰਮੇਸ਼ਨ ਸਾਡੇ ਨਾਲ ਸਾਂਝੀ ਕੀਤੀ ਹੈ ਮੈਮ ਵੀਨਾ ਗੋਇਲ ਨੇ। ਸੋ ਸਾਰੇ ਵਿਦਿਆਰਥੀ, ਸਕਰੀਨ 'ਤੇ ਨੰਬਰ ਹੈ, ਇਸ ਨੰਬਰ 'ਤੇ ਫੋਨ ਕਰਕੇ ਪੂਰੀ ਕਲੈਰਿਟੀ ਲੈ ਸਕਦੇ ਨੇ, ਹੋਰ ਜਾਣਕਾਰੀ ਲੈ ਸਕਦੇ ਨੇ ਔਰ ਫੈਸਲਾ ਕਰ ਸਕਦੇ ਨੇ। ਥੈਂਕ ਯੂ ਸੋ ਮਚ। ਥੈਂਕ ਯੂ।